ਇੱਟਾਂ ਕੱਚੀਆਂ ਪੱਕੀਆਂ ਸੁਣੀਆਂ ਸੀ। ਅਧਿਆਪਕ ਕੱਚੇ ਪੱਕੇ ਕੀ ਹੁੰਦੇ? ਜਦੋਂ ਡਿਗਰੀ ਤੁਸੀਂ ਕਰ ਲਈ, ਜਿਹੜੀਆਂ ਕਿਤਾਬਾਂ ਪੜ੍ਹੀਆਂ ਉਹ ਕੱਚੀਆਂ ਸੀ ਜਾਂ ਪੱਕੀਆਂ ਸੀ? ਸਾਲ ਹੋ ਗਿਆ ਜੀ ਉੱਥੇ ਬੈਠੇ ਮਰੀਜ਼ਾਂ ਦੇ ਅਨਲਾਪਾਂ, ਕੋਈ ਫਰਵਾਹ ਨਹੀਂ ਕਿਸੇ ਨੂੰ। ਇੱਕ ਦਿਨ ਆਇਆ ਮੋਦੀ, ਆ ਕੇ ਕਹਿੰਦਾ ਗਲਤੀ ਹੋ ਗਈ ਗੱਲ। ਸਰਕਾਰਾਂ ਜਿਹੜੀਆਂ ਨੇ ਇਹਨਾਂ ਦੀ ਧੌਣ ਚੋਂ ਸਰੀਆ ਉਦੋਂ ਨਿਕਲੂਗਾ ਜਦੋਂ ਤੁਸੀਂ ਇਕੱਠੇ ਹੋਵੋਗੇ। ਡਿਗਰੀ ਲੈ ਕੇ ਘਰੇ ਆ ਜਾਂਦੇ ਆ ਤੇ ਮਾਂ ਕਹਿੰਦੀ ਪੁੱਤ ਭੈਣ ਦਾ ਵਿਆਹ ਕਰਨਾ, ਜਾਂ ਡਿਗਰੀ ਲੈ ਕੇ ਸਰਕਾਰ ਕੋਲੇ ਜਾ। ਮਾਂ ਖੰਡ ਵਾਲਾ ਦਹੀਂ ਮੂੰਹ ਚ ਪਾ ਕੇ ਸਵੇਰੇ ਸਵੇਰੇ ਤੋਰਦੀ ਆ ਪੁੱਤ ਨੂੰ ਚੰਡੀਗੜ੍ਹ, ਡਿਗਰੀ ਲੈ ਕੇ ਆਊਗਾ ਅੱਜ ਤੇ ਸ਼ਾਮ ਨੂੰ ਉਹ ਪੁੱਤ ਪੱਗ ਕੱਛ ਦੇ ਵਿੱਚ ਹੁੰਦੀ ਆ, ਲਹੂ ਲਹਾਣ ਸਿਰ ਲੈ ਕੇ ਆਉਂਦਾ। ਤੇ ਬਹੁਤ ਮੁੰਡੇ ਕੁੱਟੇ ਗਏ ਉੱਥੇ, ਕੁੜੀਆਂ ਦੀਆਂ ਚੁੰਨੀਆਂ ਲੈ ਗਈਆਂ, ਤੇ ਮਾਂ ਦੀ ਬਦਦੁਆ ਨਿਕਲਦੀ ਹੈ ਤੁਹਾਡਾ ਕੱਖ ਨਾ ਰਹੇ, ਤੁਸੀਂ ਮੇਰੇ ਪੁੱਤ ਨੂੰ ਕੁੱਟਿਆ। ਇਹ ਹੋਊਗਾ ਇਹਨਾਂ ਨਾਲ, ਇਹਨਾਂ ਨਾਲ ਹੋਊਗਾ ਇਹਨਾਂ ਨਾਲ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੋਹਾਲੀ ਵਿਖੇ ਕੱਚੇ ਅਧਿਆਪਕਾਂ ਦੇ ਧਰਨੇ ਦੇ ਵਿੱਚ ਸ਼ਾਮਲ ਹੋਏ। ਇਸ ਮੌਕੇ ਉਹਨਾਂ ਦੇ ਨਾਲ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਸਮੇਤ ਹੋਰ ਵੀ ਸੀਨੀਅਰ ਪਾਰਟੀ ਆਗੂ ਮੌਜੂਦ ਰਹੇ। ਅਧਿਆਪਕਾਂ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਮੋਹਾਲੀ ਹਵਾਈ ਅੱਡੇ ਤੋਂ ਇੱਥੇ ਆਉਂਦੇ ਹੋਏ ਉਹਨਾਂ ਨੇ ਰਾਹ ਦੇ ਵਿੱਚ ਵੇਖਿਆ ਕਿ ਚੰਨੀ ਸਰਕਾਰ ਦੇ ਵੱਲੋਂ 36,000 ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਬੋਰਡ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਚੰਨੀ ਸਰਕਾਰ ਸਰਾਸਰ ਝੂਠ ਬੋਲ ਰਹੀ ਹੈ। ये हमारा केस रुका हुआ, सिर्फ मेरिट लिस्ट जारी करनी है सर। तो मैं उम्मीद करता हूँ कि वो सुन रहे होंगे और जल्दी मेरिट लिस्ट जारी कर देंगे ताकि हमारे बच्चे नीचे आ जाएं और इनको और तकलीफ, इनको और संघर्ष ना करना पड़े। सर सर्दी भी इतनी हो रही है और हमें इन्फेक्शन वगैरह भी हो रहे हैं, इतनी दिक्कत आ रही है हमें बता नहीं सकते। 47 डेज हो गए सर, हमने नहा के नहीं देखा। सही बात है, तो मैं उम्मीद करता हूँ पंजाब सरकार इसको सुनेगी। और आपसे भी निवेदन करता हूँ, मैं अभी नहीं कह रहा, आप थोड़ा सा सोचना। मैंने भी बहुत आंदोलन करे हैं, मैंने 15-15 दिन भूख हड़ताल रखी है, भूखा रहा था 15 दिन। सर हमने शुगर की थी सर, शुगर का मरीज था। तो मेरी आपसे गुजारिश है कि थोड़े दिन अगर देखना चाहो देख लो, अगर पंजाब सरकार, मैं उम्मीद करता हूँ कि आज के बाद, इतने सारे टीवी चैनल हैं, सब जगह अभी लाइव चल रहा होगा, मैं उम्मीद करता हूँ कि पंजाब सरकार आपकी बात मान लेगी। लेकिन बच्चों अगर नहीं माने तो इसके बाद चुनाव आ रहे हैं, फिर 2 महीने कुछ नहीं होना, फिर आप लोग नीचे आ जाना, संघर्ष फिर नीचे करेंगे, मिलके करेंगे, ठीक है? मैं आपकी बात मानती हूँ सर, अगर हमारा 30 को केस है ना, जो उसकी तारीख 30 को फैसला दे दे, हम मस्त होकर जाएंगे सर। ठीक है, मैं किस मुंह से नीचे आ रहा हूँ सर? 30 नवंबर को है? यस सर। ठीक है बच्चे, खुद लिख के दिया था कैप्टन जी को हमारी भर्ती के लिए की भी सही है कि करनी चाहिए, लेकिन खुद शिक्षा मंत्री होने के बाद हमारी कोई सुनवाई नहीं हो रही। ठीक है बच्चे, मैं उम्मीद करता हूँ कि 30 तारीख को आपका समाधान जरूर निकलेगा। इस दे नाल ही कच्चे मुलाजमान नूं संबोधन करदे हुए भगवंत मान ने कहा कि जिन्हां अध्यापकां नूं क्लासां दे विच होना चाहिदा सी ओह अज सड़कां दे उपर कुट खा रहे ने। भगवंत मान ने कहा कि किन्ने दुख दी गल है कि अध्यापक टैंकियां दे उपर चढ़ के अपने आप नूं अग लगा रहे ने। किन्ने स्कूल अजिहे ने जिथे मिड डे मील मिलदी है अते किन्ने स्कूल ने अजिहे जिथे हर सहूलत मौजूद है। उन्हां कहा कि अध्यापकां नूं मनरेगा दी दिहाड़ी तों वी घट पैसे मिल रहे ने। ਭਗਵੰਤ ਮਾਨ ਨੇ ਕਿਹਾ ਹੈ ਕਿ ਇਨਸਾਫ ਦੀ ਉਡੀਕ ਦੇ ਵਿੱਚ ਅਧਿਆਪਕਾਂ ਦੀਆਂ ਉਮਰਾਂ ਵੀ ਜ਼ਿਆਦਾ ਹੋ ਰਹੀਆਂ ਨੇ। ਭਗਵੰਤ ਮਾਨ ਨੇ ਇਸ ਤੋਂ ਇਲਾਵਾ ਇਹ ਵੀ ਕਿਹਾ ਕਿ ਆਜ਼ਾਦੀ ਸਿਰਫ ਲੀਡਰਾਂ ਦੇ ਘਰਾਂ ਤੱਕ ਹੀ ਰਹਿ ਗਈ ਹੈ, ਜਿੰਨੀ ਦੇਰ ਤੱਕ ਆਜ਼ਾਦੀ ਸਾਡੇ ਘਰਾਂ ਵਿੱਚ ਨਹੀਂ ਆਉਂਦੀ ਉਨੀ ਦੇਰ ਤੱਕ ਸਮਝੋ ਸਾਨੂੰ ਆਜ਼ਾਦੀ ਮਿਲੀ ਹੀ ਨਹੀਂ। ਅਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਅਧਿਆਪਕਾਂ ਨੂੰ ਕੱਚੇ ਅਧਿਆਪਕ ਨਾਮ ਕਿਉਂ ਦਿੱਤਾ ਗਿਆ ਹੈ ਜਦੋਂ ਕਿ ਉਹਨਾਂ ਦੀਆਂ ਡਿਗਰੀਆਂ ਤਾਂ ਪੱਕੀਆਂ ਨੇ। ਇੱਟਾਂ ਕੱਚੀਆਂ ਪੱਕੀਆਂ ਸੁਣੀਆਂ ਸੀ, ਅਧਿਆਪਕ ਕੱਚੇ ਪੱਕੇ ਕੀ ਹੁੰਦੇ? ਜਦੋਂ ਡਿਗਰੀ ਤੁਸੀਂ ਕਰ ਲਈ, ਜਿਹੜੀਆਂ ਕਿਤਾਬਾਂ ਪੜ੍ਹੀਆਂ ਉਹ ਕੱਚੀਆਂ ਸੀ ਜਾਂ ਪੱਕੀਆਂ ਸੀ? ਜਿਹੜੇ ਪੇਪਰ ਦਿੱਤੇ ਕੱਚੇ ਸੀ ਜਾਂ ਪੱਕੇ ਸੀ? ਉਹ ਤਾਂ ਸਾਰੇ ਪੱਕੇ ਦਿੱਤੇ ਹੈ। ਜਿਹੜੇ ਪੈਸੇ ਫੀਸਾਂ ਭਰੀਆਂ, ਨੋਟ ਕੱਚੇ ਸੀ ਜਾਂ ਪੱਕੇ ਸੀ? ਉਹ ਸਾਰੇ ਅਸਲੀ ਸੀਗੇ। ਤੇ ਤੁਹਾਨੂੰ ਜਿਹੜਾ ਡਿਗਰੀ ਦਿੱਤੀ ਹੈ, ਜਿਹੜਾ ਤੁਹਾਨੂੰ ਨਾਂ ਦਿੱਤਾ, ਉਹ ਕੱਚੇ ਕਿਉਂ? ਕੱਚੇ ਕਿਉਂ ਵੀ? ਹਾਂਜੀ, ਘਰ ਘਰ ਰੁਜ਼ਗਾਰ ਕੈਪਟਨ ਸਾਹਿਬ ਦਾ, ਘਰ ਘਰ ਰੋਜ਼ਗਾਰ ਦਿਆਂਗੇ, ਨੌਕਰੀਆਂ ਦੇਵਾਂਗੇ, ਮਾਫ਼ ਕਰ ਦਿਆਂਗੇ ਕਰਜ਼ੇ ਸਾਰੇ, 5-5 ਮਰਲਿਆਂ ਦੇ ਪਲਾਟ, ਸਮਾਰਟ ਫੋਨ ਦੇ ਦਿਆਂਗੇ, 2500 ਰੁਪਏ ਬੁਢਾਪਾ ਪੈਨਸ਼ਨ ਦੇਣੇ, ਪਤਾ ਨਹੀਂ ਕੀ ਕੀ ਲਿਖ ਦਿੰਦੇ ਆ। ਸੋ ਅਸੀਂ ਤੁਹਾਡੇ ਨਾਲ ਹਾਂ, ਤੁਹਾਡੇ ਵਰਗੇ ਹਾਂ, ਤੁਹਾਡੇ ਵਰਗੇ ਰਹਾਂਗੇ। 7 ਸਾਲ ਹੋ ਗਏ ਪਾਰਲੀਮੈਂਟ ਦੇ ਵਿੱਚ, ਇੱਕ ਦਿਨ ਨਹੀਂ ਹਜੇ ਜਾਣ ਦਿੰਦਾ
जो मैंने मौका मिले थे मैं ना बोला, अज फिर जाऊंगा रात को परसों पार्लीमेंट किसान के बिल आने उसे 750 किसान जो मर गया उन्होंने श्रद्धांजलि दवावे एम एस पी की गरंटी का बिल लेके आने की जी मांग करा के नाल जो गुंडे मोबाली अतवादी खालिस्तानी पता नहीं की कहें रहे उन्हों की माफ़ी मंगावे उन्होंने तो फिर बिल वापस कर जो असी उन्होंने कहे फिर बिल वापस लो पहले माफ़ी मंगो उन्होंने तो लोगों को वो बैठे साल एक साल हो गया उत्थे बुजुर्ग साढ़े उत्थे बैठे है साल हो गया जी उत्थे बैठे मरी जाते हैं अंदापा कोई फरवा नहीं किसी नूं एक दिन आया मोदी आके कहिंदा गलती हो गई गलती हो गई एक साल हो गया उत्थे बैठे नूं कि किन्ना हालातां च बैठे हो तूफान झले गर्मी दियां लोहां मीह झक्खड़ नेरियां गलती हो गई असीं पहलां कहा सी ना पंगे लो ना आंदा तेनूं छेड़ो धरती नूं मां मानण वाले ना छेड़ो नहीं तो सरकार जड़िया ने इन्हों की धौन चो सरिया उदो निकलूगा जो तुम कट्ठे हो गए तो एके की मैं दस देना बहुत बहुत धन्यवाद तो तुहाडा इस सारी की सारी गलबात बारे में की कहना है कमेंट सैक्शन दे विच आके दसना बिल्कुल भी ना भुलना मोहाली तो हरदीप कौर विरक की रिपोर्ट चढ़दी कला टाइम टीवी